ਚੀਜ਼ ਦੋਸਤ ਭਰਾ ਵਾਂਗੂ ਆ ਜੈ ਰਾਜੇ ਦੀ। ਤੇ ਆ ਵੀ ਮੋਹਰੇ ਗੱਡੀ ਆਪਣੀ ਆ ਜੀ, ਇੱਕ ਆਹ ਗੱਡੀ ਆ ਸੇਵਾ 'ਤੇ ਲਗਾਈ ਹੋਈ, ਅਤੇ ਬਹੁਤ ਦੂਰੋਂ ਦੂਰੋਂ ਗੱਡੀਆਂ ਲੋਕਾਂ ਨੇ ਸੇਵਾ 'ਤੇ ਲਾਈਆਂ, ਫਗਵਾੜਾ ਜਲੰਧਰ ਤੋਂ। ਦੇਖੋ ਜੀ ਸਰ, ਨੀਲ ਪੱਥਰ 'ਤੇ ਲਿਖਿਆ ਪਿਆ ਰਾਜਾ ਸਾਹਿਬ 2 ਕਿਲੋਮੀਟਰ ਸਿਰਫ ਇੱਥੋਂ, ਇੱਥੋਂ ਬਿਲਕੁਲ ਹੀ ਪੂਰਾ ਰਸ਼ ਆ। ਅਤੇ ਤੁਸੀਂ ਕੱਲ੍ਹ ਨੂੰ ਜੇ ਦੇਖੋਗੇ 1-2 ਦਿਨ ਬਾਅਦ, ਤਾਂ ਇੱਥੇ ਬਹੁਤ ਵੱਡੇ ਵੱਡੇ ਜਾਮ ਲੱਗੇ ਆ। ਨਵਾਂ ਸ਼ਹਿਰ ਤੱਕ ਪਹੁੰਚਣ ਲਈ 2-3 ਦਿਨ ਘੰਟੇ ਲੱਗਦੇ, ਜਦਕਿ ਰਸਤਾ ਬਿਲਕੁਲ 10-15 ਮਿੰਟ ਦਾ ਨਵਾਂ ਸ਼ਹਿਰ ਤੋਂ। ਅਤੇ ਹੁਣ ਵੀ ਦੇਖੋ ਕਿੱਦਾਂ ਸੇਵਾ 'ਤੇ ਲੱਗੇ ਗੱਡੀਆਂ ਲਗਾ ਰਹੇ ਆ। ਤੁਸੀਂ ਇੱਦਾਂ ਹੀ ਬਣੇ ਰਹੇ, ਤੁਹਾਨੂੰ ਪੂਰੀ ਰੌਣਕ ਦਿਖਾਵਾਂਗੇ ਬਾਬੇ ਜੀ ਦੇ ਮੇਲੇ ਦੀ। ਅਤੇ ਤੁਸੀਂ ਵੀ ਦਰਸ਼ਨ ਕਰਿਓ, ਅਤੇ ਕਮੈਂਟ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਕਿੱਦਾਂ ਲੱਗਿਆ, ਅਤੇ ਜੈ ਰਾਜੇ ਜ਼ਰੂਰ ਲਿਖਿਓ। ਜੀ ਇੱਥੋਂ ਰਸ਼ ਸ਼ੁਰੂ ਹੋ ਜਾਂਦਾ ਵਾ, ਅਤੇ ਦਰਬਾਰ ਦੇ ਕੋਲ ਪਹੁੰਚ ਗਏ ਤਕਰੀਬਨ। ਆ ਗੱਡੀਆਂ ਲੱਗੀਆਂ ਹੋਈਆਂ ਵਾ, ਤੋਂ ਪਿੱਛੇ ਲੰਗਰ ਪਾਣੀ, ਦਾਲ ਚਾਵਲ, ਕੜੀ ਚਾਵਲ, ਜੋ ਮਰਜ਼ੀ ਖਾਓ। ਤੁਹਾਨੂੰ ਅੱਗੇ ਆ ਕੇ ਦਰਬਾਰ ਦੀ ਵੀ ਲੋਕੇਸ਼ਨ ਦਿਖਾਉਂਦੇ ਹਾਂ, ਅਤੇ ਬਣੇ ਰਹੇ ਦੇ ਵਲੌਗ। ਪਹੁੰਚ ਗਏ ਰਾਜ ਸਾਹਿਬ, ਸੇਵਾਦਾਰ ਸਾਰੇ ਗੱਡੀਆਂ ਗੁੱਡੀਆਂ ਠੀਕ ਕਰਾਉਣ ਲੱਗੇ ਹੋਏ ਆ। ਕੇਲੇ ਕੁਲੇ ਦਾ ਪ੍ਰਸ਼ਾਦ ਬਾਬਾ ਜੀ, ਬੜਾ ਅੱਛਾ ਪ੍ਰਬੰਧ ਹੈ ਜੀ, ਬਹੁਤ ਵਧੀਆ। ਸਾਰੇ ਸੇਵਾਦਾਰ ਮਤਲਬ ਲੋਕਾਂ ਨੂੰ ਵੀ ਸੇਫ ਰੱਖਣਾ ਚਾਹੁੰਦੇ ਆ, ਅਤੇ ਰਸ਼ ਵੀ ਨਹੀਂ ਪੈਣ ਦੇਣਾ ਚਾਹੁੰਦੇ ਆ। ਅਤੇ ਡਰਾਈਵਰ ਭਰਾਵਾਂ ਦਾ ਬਹੁਤ ਸਾਥ ਆ। ਲਓ ਸੇਵਾਦਾਰ ਇੱਥੇ ਬਿਲਕੁਲ ਨਹੀਂ ਟ੍ਰੈਫਿਕ ਹੋਣ ਦਿੰਦੇ ਆ, ਨਾਲ ਦੀ ਨਾਲ ਗੱਡੀਆਂ ਕਲੀਅਰ ਕਰਵਾਈ ਜਾਂਦੇ ਆ। ਤਾਂ ਆਪਾਂ ਇਸ ਟਾਈਮ ਖੜ੍ਹੇ ਹਾਂ ਧੰਨ ਧੰਨ ਹਜ਼ੂਰ ਨਾਲ ਗੌਰ ਰਾਜਾ ਸਾਹਿਬ ਜੀ ਦੀ ਪਾਰਕਿੰਗ 'ਚ। ਗੱਡੀਆਂ ਇੱਥੇ ਦੇਖੋ ਬਹੁਤ ਖੁੱਲ੍ਹੀ ਪਾਰਕਿੰਗ ਆ, ਜਿੰਨੀਆਂ ਮਰਜ਼ੀ ਗੱਡੀਆਂ ਲੱਗ ਜਾਵੇ, ਗੱਡੀਆਂ ਸਵਾਰੀਆਂ ਛੱਡੀ ਜਾਂਦੀਆਂ, ਫਿਰ ਸਵਾਰੀਆਂ ਲੈਣ ਜਾਈਆਂ ਸ਼ਹਿਰੋਂ ਨਵਾਂ ਸ਼ਹਿਰੋਂ। ਬਾਕੀ ਤੁਸੀਂ ਵਿਊ ਚੈੱਕ ਕਰੋ, ਜੈ ਰਾਜੇ ਦੀ ਜੈ ਰਾਜੇ ਦੀ। ਬੜੀ ਗੱਡੀ ਲਿਓ ਜੀ, ਇਹ ਜੀ ਦਾ ਬੜੀ ਗੱਡੀ ਲਿਓ ਇੱਥੇ ਖੜੋ ਮੇਰਾ।
ਭਾਈ ਨਹੀਂ ਵਾਦੀ 'ਚ ਵੀ ਰਾਜ ਸਾਹਿਬ ਦਾ ਲੰਗਰ ਲੱਗਾ ਹੋਇਆ ਵਾ, ਛੋਟੇ ਛੋਟੇ ਬੱਚੇ ਸੇਵਾ ਕਰਦੇ ਆ, ਸੇਵਾ ਲੱਗੇ ਪਏ ਸਵੇਰ ਦੇ, ਪਾਣੀ ਪੂਣੀ ਪਿਲਾਈ ਹੋ ਜਿਹੜਾ ਆਉਂਦੇ ਹੈ, ਸਾਰੀ ਗੱਡੀਆਂ ਆ ਗਈਆਂ ਜੀ। ਆਹ ਸੰਜੂ ਭਰਾ, ਸੰਜੂ ਭਰਾ ਬ੍ਰਹਮੀ ਦਾ ਲੰਗਰ, ਉਹ ਗੱਡੀਆਂ ਆ ਗਈਆਂ ਜੀ ਸੇਵਾ 'ਤੇ, ਹੋਰ ਸਵਾਰੀਆਂ ਆਈ ਜਾਂਦੀਆਂ ਤੇ ਲੈ ਆਈ ਜਾਂਦੇ। 1:30 ਵਜੇ ਨਗਰ ਕੀਰਤਨ ਅੱਜ 1 ਤਰੀਕ ਅੱਜ ਸੋਰੀ 31 ਅੱਜ 31 ਤਰੀਕ ਆ। ਛੋਟੇ ਛੋਟੇ ਨਿਆਣੇ ਸੇਵਾ ਕਰ ਰਹੇ ਨੇ, ਜਲ ਛਕਾ ਰਹੇ ਨੇ ਤੇ ਆ ਗੱਡੀਆਂ ਸਾਰੀਆਂ ਸੇਵਾ 'ਤੇ ਆ ਜੀ, ਨਵੀਂ ਆਬਾਦੀ ਲੱਗੀਆਂ ਹੋਈਆਂ ਗੱਡੀਆਂ, ਬਹੁਤ ਵਧੀਆ ਪ੍ਰੋਗਰਾਮ ਕੀਤਾ ਵਾ, ਅੰਦਰ ਪ੍ਰਸ਼ਾਦਾ ਲੰਗਰ ਵੀ ਚੱਲਦਾ ਪਿਆ ਅਤੇ ਉਹ ਇੱਕ ਸਾਡਾ ਭਰਾ ਹੋਰ ਆ ਗਿਆ ਜੀ, ਆਕਾਸ਼ਦੀਪ ਹੁਣੀ ਆ ਗਏ, ਇਹ ਵੀ ਸਵੇਰ ਦੇ ਆਹ ਭਾਜੀ ਹੁਣੀ ਆ ਗਏ, ਜਲ ਪਿਓ ਭਾਜੀ ਜਲ ਪਿਓ, ਆਕਾਸ਼ ਭਾਜੀ ਹੁਣੀ ਆ ਗਏ ਦਫ਼ਤਰ ਤੋਂ, ਇਹਨਾਂ ਨੇ ਸਾਨੂੰ ਫੋਨ ਕੀਤਾ ਕਹਿੰਦੇ ਅਸੀਂ ਵੀ ਆਉਣਾ ਵਾ। ਆਹ ਗੱਡੀ ਹੋਰ ਚੱਲੀ ਸੇਵਾ ਵਾਲੀ, ਰਵੀ ਜਾ ਰਿਹਾ ਗੱਡੀ 'ਚ ਸੰਗਤਾਂ ਲੈ ਕੇ, ਚਲੋ ਮਿਲਦੇ ਆ ਤੁਹਾਨੂੰ ਜੀ, ਅਤੇ ਸਾਰਿਆਂ ਜੈ ਰਾਜ ਸਾਹਿਬ ਦੀ, ਜ਼ਰੂਰ ਤੁਸੀਂ ਕਮੈਂਟ ਜ਼ਰੂਰ ਕਰਿਓ। ਇੱਥੇ ਰੁਕੇ ਸੀ, ਭੰਡਾਰਾ ਚੱਲਦਾ ਪਿਆ ਜੀ, ਪੂੜੀਆਂ ਛੋਲੇ ਮਿਲ ਗਏ, ਭੰਡਾਰਾ ਚੱਲਦਾ ਬਾਬਾ ਜੀ ਦਾ, ਬਹੁਤ ਸ਼ਰਧਾ ਭਾਵਨਾ ਸੇਵਾ ਭਾਵਨਾ ਜੀ। ਇਹ ਨਾ ਦੇਖੋ ਤੁਸੀਂ, ਇਹ ਨਹੀਂ ਦੇਖ ਸਕਦਾ, ਭਾਈ ਨੇ ਸਕੂਟਰੀ ਆ ਗੱਡੀ 'ਚ ਮਾਰਨੀ ਸੀ, ਕਹਿੰਦੇ ਮੋਬਾਈਲ ਆ ਦੇਖਣ ਲੱਗ ਪਿਆ, ਪਰ ਕੋਈ ਨਹੀਂ। ਆ ਗਏ ਆਪਾਂ ਰਾਜਾ ਸਾਹਿਬ, ਔਰ ਭੀੜ ਦੇਖੋ ਕਿੰਨੀ ਆ, ਰਸ਼ ਸੰਗਤਾਂ ਦਾ ਕਿੰਨਾ ਵਾ, ਸੇਵਾ ਪੂਰੀ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀ ਆ, ਕੁਲਵਿੰਦਰ ਭਾਈ ਸੇਵਾ ਕਰਾ ਰਹੇ ਜੈ ਹੋ ਜੈ ਹੋ ਜੈ ਹੋ ਜੈ ਹੋ ਜੈ ਰਾਜੇ ਦੀ ਜੈ ਰਾਜੇ ਦੀ ਜੈ ਰਾਜੇ ਦੀ, ਸੇਵਾ 'ਚ ਮਗਨ ਆ ਸਾਰੇ।
ਲਓ ਜੀ ਹੁਣ ਲਾਈਏ ਬਾਈਕ ਤੇ ਤੁਹਾਨੂੰ ਦਿਖਾਉਂਦੇ ਰਾਜਾ ਸਾਹਿਬ ਜੀ ਦਾ ਮੇਲਾ ਬਹੁਤ ਜ਼ਿਆਦਾ ਸੰਗਤ ਲਓ ਜੀ ਸਾਡੇ ਇੰਦਰਪਾਲ ਜੀ ਆ ਗਏ ਸਕੂਟੀ ਲਗਾ ਕੇ ਮੈਂ ਤਾਂ ਕਹੀ ਜਾਂਦਾ ਯਾਰ ਬਹੁਤ ਥੱਕ ਗਏ ਆ ਤੇ ਹੁਣ ਆਪਾਂ ਚੱਲਦੇ ਆ ਬਾਬੇ ਦਰਬਾਰ ਵੱਲ ਭਾਈ ਲਾ ਤੀ ਸਕੂਟਰੀ ਕਿੱਧਰ ਲਾਈ ਉੱਧਰ ਲਾਈ ਬਣਾ ਖੇਤਾਂ 'ਚ ਉਹ ਭੀੜ ਦੇਖੋ ਸਕੂਟਰੀ ਵੀ ਨਾ ਚੱਕ ਹੋਈ ਭੱਟੀ ਨੇ ਵੀ ਸਿਰ ਢੱਕ ਲਿਆ ਉਹਨਾਂ ਨੇ ਚਾਰ ਪੰਜ ਵਾਰ ਗਿਆ ਫਿਰ ਸਿਰ ਢੱਕਿਆ ਇਹਨੇ ਅੰਦਰ ਤਾਂ ਜਾਣ ਨਹੀਂ ਹੋਇਆ ਤੁਸੀਂ ਆਪ ਲਓ ਕਿੰਨੀ ਭੀੜ ਆ ਸੋ ਸਾਰੇ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਹਰ ਸਾਲ ਇੱਥੇ ਬਾਬਾ ਜੀ ਦੇ ਮੇਲੇ ਲੱਗਦੇ ਰਹਿਣ ਸਭ ਨੂੰ ਜੈ ਰਾਜਾ ਸਾਹਿਬ ਜੀ ਹਾਂਜੀ ਚੱਲੇ ਘਰ ਵਾਪਸੀ ਕਿਉਂਕਿ ਭੀੜ ਬਹੁਤ ਜ਼ਿਆਦਾ ਸੀ ਭਾਈ ਦਾ ਬਿਲਕੁਲ ਬੁਰਾ ਹਾਲ ਹੋ ਗਿਆ ਭਾਈ ਦਾ ਅਤੇ ਇੱਦਾਂ ਹੀ ਬਾਬਾ ਜੀ ਹਰ ਸਾਲ ਮੇਲੇ ਲਾਉਂਦੇ ਰਹਿਣ ਵਧੀਆ ਤੋਂ ਵਧੀਆ ਚੱਕੀ ਆਪਾਂ ਸਕੂਟਰੀ ਚੱਲੀਏ ਕਿਉਂਕਿ ਗੱਡੀ ਯਾਰ ਬਹੁਤ ਜ਼ਿਆਦਾ ਭੀੜ ਸੀ ਗੱਡੀ ਕਿਤੇ ਫਸ ਜਾਣੀ ਸੀ ਹੁਣ ਦੇਖਦੇ ਹਾਂ ਸਾਰਿਆਂ ਨੇ ਕੋਈ ਵਲੌਗ ਵਿੱਚ ਜੈ ਰਾਜ ਜੀ ਲਿਖਿਓ ਮਿਲਦੇ ਹਾਂ ਤੁਹਾਨੂੰ ਜਾ ਕੇ ਅਗਲੀ ਵੀਡੀਓ ਇਹ ਪਾਰਕਿੰਗ ਵੀ ਦੇਖੋ ਪੂਰੀ ਭਰੀ ਆ ਲੋ ਜਿੱਥੇ ਦੇਖੋ ਤੁਹਾਨੂੰ ਉੱਥੇ ਸਕੂਟਰੀ ਸਕੂਟਰ ਨਜ਼ਰ ਆਉਣੇ ਆ ਬਹੁਤ ਜ਼ਿਆਦਾ ਭੀੜ ਆ ਬਹੁਤ ਦੂਰੋਂ ਦੂਰੋਂ ਸੰਗਤਾਂ ਆਈਆਂ ਜੀ ਰਾਜ ਸਾਹਿਬ ਦੇ ਮੇਲੇ 'ਤੇ ਆਹ ਦੇਖੋ ਚੰਡੋਲ ਚੱਲਦੇ ਆਹ ਦੇਖੋ ਹਾਂਜੀ ਚਲੋ ਚਲੀਏ ਆਪਾਂ ਘਰ ਨੂੰ ਰਸ਼ ਬਹੁਤ ਸੀ ਤੂੰ ਦੇਖਿਆ ਰਾਜ ਸਾਹਿਬ ਮੇਲੇ 'ਤੇ ਅਤੇ ਹਰ ਸਾਲ ਬਾਬਾ ਜੀ ਇੱਦਾਂ ਹੀ ਮਿਹਰ ਕਰਦੇ ਰਹਿਣ ਵਧੀਆ ਵਧੀਆ ਲੰਗਰ ਲੱਗਦੇ ਰਹਿਣ ਤੁਸੀਂ ਢੋਂਦੇ ਰਹੀਏ ਘਰਾਂ 'ਚ ਨਹੀਂ ਢੋਣੇ ਨਹੀਂ ਹੈਗੇ ਚਲੋ ਜੀ ਚੰਗਾ ਸਾਰਿਆਂ ਨੂੰ ਜੈ ਰਾਜਾ ਸਾਹਿਬ ਮਰਾ ਮੁਰੇ ਪੰਪ ਆ ਗਿਆ ਸਾਰਿਆਂ ਜੈ ਰਾਜਾ ਸਾਹਿਬ ਜੀ ਵੀ ਹੁਣ ਆਪਾਂ ਪਾਈਏ ਤੇਲ 'ਤੇ ਚੱਲੀਏ ਘਰ ਨੂੰ